ਚਾਚਾ ਮੈਨੂੰ ਵੀ ਗੱਡੀ ਚਲਾਉਣ ਦੇ, ਤੂੰ ਇਕੱਲਾ ਇਕੱਲਾ ਗੱਡੀ ਚਲਾਉਂਦਾ ਰਹਿੰਦਾ ਹੈਗਾ, ਇੱਥੇ ਉਹ ਖੇਰ ਪਈ ਹੋਊਗੀ, ਤੈਨੂੰ ਮੈਂ ਹੀ ਦੇ ਦਿਆਂ ਗੱਡੀ ਚਲਾਉਣੀ, ਪਹਿਲਾਂ ਸਿੱਖਣੀ ਪੈਂਦੀ ਹੈਗੀ। ਚਾਹੇ ਗੱਡੀ ਸਟੀਰੀਓ ਬੜਾ ਵਧੀਆ ਲਾਇਆ, ਗੀਤ ਗੂ ਸੁਣਾਈ ਦੇ, ਤੂੰ ਕਿਹੜਾ ਗੀਤ ਸੁਣਨਾ ਗਾ। ਚਾਚਾ ਇਹਦੇ ਗੀਤ ਸੁਣਾ ਕੇ ਜਿਹੜਾ ਕਦੇ ਸੁਣਿਆ ਨਾ ਹੋਇਆ, ਉਹ ਲੰਬ ਕੱਢੀ ਰਹੀ ਦੇ। ਇਹ ਕਹਿੰਦਾ ਬੱਬੂ ਮਾਨ ਦਾ ਲਾਨਾ ਹੁਣ ਜ਼ਿਆਦਾ ਲੰਬ ਕੱਢਣੇ ਨੇ। ਚਾਹੇ ਤੂੰ 1 ਮਹੀਨੇ ਗੱਡੀ ਬੜੀ ਚਲਾਈ ਹੈਗੀ, ਗੱਡੀ ਕਿੰਨੀ ਚੱਲੀ ਹੈ? 25,000 ਹੀ ਚੱਲੀ ਗਈ, ਨਾਲ ਚਲਾਉਣ ਲਈ ਇਹਨੂੰ ਘਰੇ ਖੜੀ ਕਰੀਏ, ਧੂਫ ਥੋੜ੍ਹਾ ਲਾਉਣਾ ਗਾ। ਚਾਹੇ ਤੁਸੀਂ ਬੜਾ ਮਜ਼ਾਕ ਕਰਦੇ, ਇਹ ਕਰੋ ਅੱਜ ਮੈਨੂੰ ਵੀ ਗੱਡੀ ਸਿਖਾਈ ਦਿਓ, ਨਾਲ ਜੇ ਤੁਸੀਂ ਮੈਨੂੰ ਗੱਡੀ ਚਲਾਉਣੀ ਸਿਖਾਈ ਦਿਓ, ਮੈਂ ਵੀ ਖਤਰਨਾਕ ਡਰਾਈਵਰ ਬਣੀ ਜਾਣਾ ਗਾ। ਖਤਰਨਾਕ ਡਰਾਈਵਰ ਇਹ ਥੋੜ੍ਹੇ ਬੰਦੇ ਜਿਵੇਂ ਤੂੰ ਦੱਸਾਂ ਨਾ, ਪਹਿਲਾਂ ਗੇਅਰ ਪਾਉਣਾ ਵੀ ਆਉਣਾ ਚਾਹੀਦਾ ਗਾ, ਨਾਲ ਜੇ ਕੋਈ ਗੱਡੀ ਦਾ ਗੇਅਰ ਫਸ ਹੀ ਜਾਣਾ ਤਾਂ ਉਲਟਾ ਪੰਗਾ ਪਈ ਜਾਣਾ, ਉਲਟਾ ਲੈਣੇ ਦੇਣੇ ਪਈ ਜਾਣਾ, ਫਿਰ ਕੀ ਕਰਗਾ? ਚਾਹੇ ਕਰਨਾ ਕਿ ਹੌਲੀ ਕਰੀ ਗੱਡੀ ਦਾ ਗੇਅਰ ਕਰ ਦੇਣਾ ਗਾ, ਤੇਰੀ ਕਿ ਸਲਾਹ ਗੱਡੀ ਦਾ ਗੇਅਰ ਇਹ ਨਿਕਲ ਜਾਂਦਾ, ਪਹਿਲਾਂ ਕਲੱਚ ਵੀ ਦੱਬਣਾ ਪਾਉਂਦਾ ਗਾ, ਉਹਦੇ ਬਾਅਦ ਫਿਰ ਗੱਡੀ ਹੌਲੀ ਵੀ ਕਰਨੀ ਪੈਂਦੀ ਹੈ, ਫਿਰ ਗੇਅਰ ਨਿਕਲਦਾ ਗਾ, ਨਾਲ ਉਧਰ ਘਰੇ ਗੇਟ ਵੀ ਖੁੱਲ੍ਹਾ ਰਹੀ ਹੈ, ਇਹ ਕਰਨਾ ਮੈਂ ਤੁਹਾਡੀ ਬੰਦ ਕਰੀ ਆ, ਨਾਲ ਤੈਨੂੰ ਮੈਂ ਦੱਸਦਾ ਗੱਡੀ ਨਾਲ ਪੰਗੇ ਮੈਂ ਕਰਦਾ, ਨਹੀਂ ਤਾਂ ਮੈਂ ਬਹੁਤ ਬੁਰੀ ਜੁੱਤੀ ਫੜਕਾਣੀ ਹੈਗੀ। ਚਾਹੇ ਜੁੱਤੀ ਤਾਂ ਇਹ ਦੱਸਾਂ, ਜਿਵੇਂ ਗੱਡੀ ਨਾ ਹੋਈ ਵਿਜੇ ਮਾਲੀਆ ਜਹਾਜ਼ ਹੈਗਾ, ਨਾਲ ਇਹ ਕਰਨਾ ਪਹਿਲਾਂ ਗੱਡੀ ਦਾ ਗੇਅਰ ਪਾਈ ਦੇਣਾ ਕਿਵੇਂ ਪਾਉਂਦਾ ਗਾ, ਪਰ ਪਹਿਲਾਂ ਸਟਾਰਟ ਕਰਨੀ ਪੈਣੀ, ਇਹ ਕਰਨਾ ਪਹਿਲਾਂ ਸਟਾਰਟ ਕਰ ਲੈਣਾ ਗਾ, ਨਾਲ ਸਟਾਰਟ ਵੀ ਦੇਖੀ ਸੋਚੀ ਕਰਨੀ ਪੈਣੀ ਹੈ, ਗੱਡੀ ਨਵੀਂ ਹੈ, ਇਹ ਨਾ ਜੰਪ ਮਾਰੀ ਗਾਹਾਂ ਦੌੜੀ ਹੈ, ਸਾਂਭਣੀ ਵੀ ਔਖੀ ਹੋ ਜਾਣੀ ਹੈ, ਪਰ ਸਾਂਭੀ ਤਾਂ ਲੈਣੀ ਹੈ, ਪਰ ਇਹਦੇ ਫੰਕਸ਼ਨ ਸਮਝਣੇ ਪੈਣੇ, ਇਹਦੇ ਚੱਕਰ ਕੀ ਹੈਗਾ, ਨਾਲ ਮੈਨੂੰ ਸਮਝ ਨਹੀਂ ਲੱਗੀ ਵੀ ਚਾਚਾ ਮੈਨੂੰ ਕਹਿ ਬੋਲਿਆ ਤਾਂ ਗੱਡੀ ਚਲਾਉਣੀ ਸੌਖੀ ਹੈ, ਉਹਦਾ ਕਾਕਾ ਬੋਲਿਆ ਕਹਿੰਦਾ ਗੱਡੀ ਚਲਾਉਣੀ ਸੌਖੀ ਬੜੀ ਹੈ, ਕਹਿੰਦਾ ਮੈਂ ਮਾਮੇ ਆਪਣੀ ਗੱਡੀ 1 ਦਿਨ ਸਿੱਖੀ ਲਈ, ਇਹ ਕਰਨਾ ਪਹਿਲਾਂ ਸਟਾਰਟ ਕਰੀਏ ਦੇਖਣਾ ਗਾ, ਪਰ ਉਲਟਾ ਪੰਗਾ ਨਾ ਪਈ, ਚਾਬੀ ਦੇ ਨਾਲ ਹੀ ਲੱਗੀ ਮਰੋੜੀ ਦੇਖਣਾ ਗਾ। ਸਟਾਰਟ ਤਾਂ ਹੋਈ, ਸਮਝ ਆਈ ਲੱਗੇ ਪਹਿਲਾਂ ਗੇਅਰ ਪਾਉਣਾ ਜਾਂ ਕਲੱਚ ਦੱਬਣਾ, ਪਰ ਐਂ ਨਹੀਂ ਦਿੰਦਾ ਗੇਅਰ ਨਹੀਂ ਪਾਉਣਾ, ਚੁੱਪ ਕਰੀ ਬੈਠੀ ਵਿੱਚ ਗੀਤ ਸੁਣ ਲੈਣਾ, ਜੇ ਕੋਈ ਉਲਟਾ ਪੰਗਾ ਪਈਏ ਚਾਚੇ ਨੇ ਮੇਰੀ ਝੰਡ ਲਾਈ ਰਹਿ ਦੇਣੀ।